ਕਾਜੀ ਬਹੁਤ ਬਹੁਤ ਵਧਾਈ ਕਰਦੀਆਂ ਨਾਇਬ ਤਹਿਸੀਲਦਾਰ ਦੇ। ਕੀ ਮੈਸੇਜ ਸ਼ਹਿਰ ਵਾਸਤੇ ਹੈ, ਕੀ ਆਪਣੇ ਪਲਾਨ ਲੈ ਕੇ ਆਏ? ਪਹਿਲਾਂ ਤਾਂ ਥੈਂਕ ਯੂ ਕਰਦੀ ਆ। ਅੱਜ ਮੈਂ ਜਿਹੜਾ ਹੈਗਾ 16 ਤਰੀਕ ਦਾ ਹੀ ਜੁਆਇਨ ਕਰ ਲਿਆ ਹੈਗਾ, ਤੇ ਅੱਜ ਜਿਹੜਾ ਹੈਗਾ ਕੱਲ ਤੇ ਅੱਜ ਮੇਰਾ ਫਸਟ ਡੇ ਸੀਗਾ, ਵਰਕਿੰਗ ਡੇ ਰਹਾ ਸੀਗਾ। ਮੈਂ ਕਾਦੀਆਂ ਵਾਸੀਆਂ ਨੂੰ ਤੇ ਜਿੰਨੇ ਮੇਰੀ ਸਬਸਿਡੀ ਦੇ ਵਿੱਚ ਜਿੰਨੇ ਪਿੰਡ ਪੈਂਦੇ ਹੈਗੇ ਆ ਸਾਰਿਆਂ ਨੂੰ ਜਿਹੜਾ ਹੈਗਾ ਇਹ ਕਹਿਣਾ ਚਾਹੁੰਦਾ ਹਾਂ, ਕਿਸੇ ਨੂੰ ਵੀ ਸਾਡੇ ਜਿਹੜਾ ਹੈਗਾ ਤਹਿਸੀਲ ਦੇ ਵਿੱਚ ਕੋਈ ਵੀ ਕੰਮ ਪੈਂਦਾ ਹੈ ਉਹ ਜਿਹੜਾ ਹੈਗਾ, ਜੇ ਉਸ ਕੰਮ ਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਸਿੱਧਾ ਮੇਰੇ ਨਾਲ ਰਾਬਤਾ ਕਰ ਸਕਦਾ ਹੈ। ਕਿਸੇ ਨੂੰ ਕਿਸੇ ਕੰਮ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਟਾਈਮ ਫਰੇਮ ਕੀ ਹੁੰਦਾ ਹੈ, ਜਿੱਦਾਂ ਕਿਸੇ ਨੇ ਰਜਿਸਟਰੀ ਕਰਾਈ ਇੰਤਕਾਲ ਚ ਕਿੰਨਾ ਟਾਈਮ ਜਾਂ ਕੋਈ ਮਿਣਤੀ ਕਰਾਉਂਦਾ ਉਹਦਾ ਟਾਈਮ ਲੋਕਾਂ ਵਾਸਤੇ ਪਤਾ ਲੱਗ? ਦਿਨ ਵਰਕਿੰਗ ਡੇ ਆ ਸਾਡੇ ਕੋਲ, 5 ਦਿਨ ਹੈਗੇ ਆ। ਇਹ ਸਾਨੂੰ ਇਸ ਤਰ੍ਹਾਂ ਹੁੰਦਾ ਵੀ ਆਪਾਂ 3 ਕੁ ਦਿਨ ਜਿਹੜੇ ਹੈਗੇ ਆ, ਇੱਥੇ ਮੈਨੂੰ ਪਤਾ ਲੱਗਾ ਕਿ ਮੰਡੇ ਵੈਡਨਸਡੇ ਅਤੇ ਫਰਾਈਡੇ ਜਿਹੜਾ ਹੈਗਾ ਰਜਿਸਟਰੇਸ਼ਨ ਦਾ ਕੰਮ ਰੱਖਿਆ ਹੋਇਆ ਇੱਥੇ। ਬਾਕੀ 1 ਦਿਨ ਦੇ ਵਿੱਚ ਕੋਰਟ ਹੁੰਦੀ ਆ ਅਤੇ ਬਾਕੀ 1 ਰੈਵਨਿਊ ਦੇ ਮੈਟਰ 'ਤੇ ਵੀ ਕੰਮ ਕਰ ਰਹੇ ਹੁੰਦੇ ਆ। ਫਿਰ ਵੀ ਜੇ ਕਿਸੇ ਨੂੰ ਐਮਰਜੈਂਸੀ ਹੋਵੇ ਕੋਈ ਗੱਲ ਨਹੀਂ, ਅਸੀਂ 5 ਦਿਨ ਹੀ ਜਿਹੜਾ ਹੈਗਾ ਕੰਮ ਕਰਨ ਨੂੰ ਤਿਆਰ ਆ, ਕੋਈ ਗੱਲ ਨਹੀਂ। ਇਲੈਕਸ਼ਨ ਦੀ ਤਿਆਰੀਆਂ ਨੂੰ ਲੈ ਕੇ? ਇਲੈਕਸ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਦੇਖੋ ਜੀ, ਇਲੈਕਸ਼ਨ ਜਿਹੜਾ ਹੈਗਾ ਕੋਰਟ ਲੱਗ ਚੁੱਕਾ ਹੈਗਾ, ਅਸੀਂ ਉਸ ਕੰਮ ਦੇ ਵਿੱਚ ਜੋ ਵੀ ਹੈਗਾ ਤਨਦੇਹੀ ਦੇ ਨਾਲ ਹੁਣ ਅਸੀਂ ਜੁੜ ਜਾਣਾ ਹੈਗਾ। ਮੈਂ ਇਸ ਇਲਾਕੇ ਦੇ ਵਿੱਚ ਨਵਾਂ ਹੀ ਆਇਆ ਹੈਗਾ ਅਤੇ ਕੋਈ ਕਿਸੇ ਨੂੰ ਵੀ ਜਿਹੜੀ ਹੈਗੀ ਆ ਸਮਾਜ ਦੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਊਗੀ ਉਹਦੇ ਵਿੱਚ।